ਇੰਗਲੈਂਡ ਤੋਂ ਆਏ ਭਾਰਤੀ ਮੂਲ ਦੇ MP ਵਰਿੰਦਰ ਸ਼ਰਮਾ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ, ਜਿਸ 'ਚ ਸ਼੍ਰੀ ਹਰਿਮੰਦਰ ਸਾਹਿਬ 'ਤੇ 1984 'ਚ ਕੀਤੀ ਗਈ ਸੈਨਿਕ ਕਾਰਵਾਈ 'ਚ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਸਪਸ਼ਟ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸ਼ਰਮਾ ਨੇ ਕਿਹਾ ਕਿ ਇਸ ਘਟਨਾ ਨੂੰ 30 ਸਾਲ ਬੀਤ ਚੁੱਕੇ ਹਨ। ਇੰਗਲੈਂਡ ਦੇ ਕਾਨੂੰਨ ਮੁਤਾਬਕ 30 ਸਾਲ ਬਾਅਦ ਆਪਰੇਸ਼ਨ ਬਲੂ ਸਟਾਰ ਤੋਂ ਬਾਬਤ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਪਬਲਿਕ ਕਰਨਾ ਚਾਹੀਦਾ। ਇਸ ਮੌਕੇ ਇੰਗਲੈਂਡ ਦੇ MP ਵਰਿੰਦਰ ਸ਼ਰਮਾ ਅਤੇ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਆਦਮਪੁਰ 'ਚ ਸ਼ੁਰੂ ਕੀਤੀ ਜਾ ਰਹੀ ਕੌਮਾਂਤਰੀ ਫਲਾਈਟਸ ਦਾ ਸਵਾਗਤ ਕੀਤਾ। ਜਦੋਂ 30 ਸਾਲਾਂ ਬਾਅਦ ਜਿਹੜੇ ਕੈਬਨਿਟ ਦੇ ਪੇਪਰ ਆਊਟ ਹੁੰਦੇ ਨੇ, ਰਿਲੀਜ਼ ਕਰਦੇ, 30 ਸਾਲ ਦੀ ਉਹਦੇ 'ਤੇ ਕੰਡੀਸ਼ਨ ਹੁੰਦੀ ਆ ਕਿ ਜਿਹੜੇ ਕੌਨਫੀਡੈਂਸ਼ੀਅਲ ਡਾਕੂਮੈਂਟਸ ਆ ਉਹ 30 ਸਾਲ ਤੋਂ ਪਹਿਲਾਂ ਉਹ ਰਿਲੀਜ਼ ਨਹੀਂ ਕਰਦੇ। ਜਦੋਂ ਰਿਲੀਜ਼ ਕੀਤੇ ਸੀ ਤਾਂ ਅਸੀਂ ਜਿਹਦੇ ਵਿੱਚ ਟੌਮ ਵਾਟਸਨ ਸਾਡਾ ਡੈਪਟੀ ਲੀਡਰ ਹੈ, ਉਹਨੇ ਲੀਡ ਕੀਤਾ ਸੀ, ਮੈਂ ਉਹਨੂੰ ਸੈਕਿੰਡ ਕੀਤਾ ਸੀ ਉਸ ਵਕਤ। ਅਸੀਂ ਉਹ ਲੈਟਰਸ ਵਗੈਰਾ ਵੀ ਲਿਖੀਆਂ ਜਿਹੜੀਆਂ ਆਮ ਪਬਲਿਕ ਹੈ ਉਹਦੇ ਵਿੱਚ ਕੋਈ ਇਹ ਨਹੀਂ ਕਿ ਬਈ ਸਾਨੂੰ 30 ਸਾਲ ਵੇਟ ਕਰਨ ਦੀ ਲੋੜ ਨਹੀਂ, ਉਹ ਕੈਬਨਿਟ ਨੂੰ ਲੋੜ ਸੀਗੀ ਕੱਢਿਆ। ਔਰ ਹੁਣ ਜਿਹੜੀ ਬਲੈਕ ਲਿਸਟ ਦੀ ਗਿਣਤੀ ਰਹਿ ਗਈ ਆ ਉਹ ਲੈਸ ਦੈਨ 30 ਹੈ, ਔਰ ਉਹਦੇ 'ਤੇ ਵੀ ਪ੍ਰਧਾਨ ਮੰਤਰੀ ਜੀ ਨੇ ਬਕਾਇਦਾ ਪਾਰਲੀਮੈਂਟ 'ਚ ਵੀ ਸਟੇਟਮੈਂਟ ਦਿੱਤੀ ਸੀ, ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਕਿ ਉਹਦੇ 'ਤੇ ਵੀ ਅਸੀਂ ਰਿਵਿਊ ਕਰਾਂਗੇ, ਔਰ ਜਿਹੜੇ ਇਹਨਾਂ ਦੇ ਉੱਤੇ ਉਹ ਬਲੈਕ ਲਿਸਟ 'ਚੋਂ ਬਾਹਰ ਕੱਢਣ ਵਾਲੇ ਹੋਣਗੇ ਅਸੀਂ ਉਹਨਾਂ ਨੂੰ ਵੀ ਬਾਹਰ ਕੱਢਾਂਗੇ, ਔਰ ਉਹ ਜਿਹੜੇ ਵੀ ਮੁੱਖ ਧਾਰਾ 'ਚ ਆ ਸਕਦੇ ਆ ਉਹਨਾਂ ਨੂੰ ਲਿਆਉਣਾ ਸਾਡੀ ਡਿਊਟੀ ਹੈ, ਅਸੀਂ ਉਹਨਾਂ ਨੇ ਆਲਰੇਡੀ ਸਟੇਟਮੈਂਟ ਦਿੱਤੀ ਹੈ। ਜਲੰਧਰ ਤੋਂ ਜਤਿੰਦਰ ਸ਼ਰਮਾ ਦੀ ਰਿਪੋਰਟ, ਚੈਨਲ 2।